ਅੱਜ ਇੱਥੇ ਨੈਸ਼ਵਿਲ ਟੈਨਸੀ ਲੋਡ ਚੱਕਣ ਆਇਆ, ਵਾਪਸੀ ਕੈਲੀਫੋਰਨੀਆ ਲੋਡ ਆ। ਟਾਈਮ ਨਾਲ ਲੋਡ ਕਰ ਦੇਣਾ, ਕਹਿੰਦੇ ਵੀ ਰਿਵਿਊ ਵਧੀਆ, ਕਹਿੰਦੇ ਅੱਧਾ ਕੁ ਘੰਟੇ ਲਾਉਂਦੇ ਆ। 15 ਕੁ ਮਿੰਟ ਹੋ ਗਏ ਮੈਨੂੰ ਡਾਕ 'ਤੇ ਲਾਈ ਨੂੰ। ਇੱਧਰ ਬਾਈ ਮੋਰੇ ਡਾਕਟਰ ਕਾਲਜ ਜਾਈ ਜਾਣ ਡਿਆ, ਨਜ਼ਾਰੇ ਬੰਨੇ ਪਏ ਆ, ਸਾਰੇ ਡਰੱਗ ਹੀ ਕੈਟਾਂ ਵਾਲੇ ਆ, ਮੋਸਟ ਲਾਈਕਲੀ ਸਾਰੇ ਹੀ ਸਟਰੇਟ ਪਾਈਪ ਕੀਤੇ ਪਏ ਪਹਿਲੀਆਂ ਨੇ, ਹੈਗੇ ਵੀ ਲੌਂਗ ਨੋਜ਼ ਹੀ ਆ ਆਲਮੋਸਟ ਸਾਰੇ, ਪੂਰੇ ਚੰਗਿਆੜੇ ਕੱਢੇ ਪਏ ਟਰੱਕਾਂ ਵਾਲੇ ਪਹਿਲੀਆਂ ਨੇ ਕਰ ਕਰਕੇ ਅਪਗ੍ਰੇਡ। ਮੋਹਰੇ ਮਿੱਟੀ ਦੇ ਢੇਰ ਲੱਗੇ ਪਏ ਆ, ਡੰਪ ਟਰੱਕ ਆਈ ਜਾਂਦੇ ਆ ਜਾਈ ਜਾਂਦੇ ਆ, ਸਿਰਾ ਕਰਾਇਆ ਪਿਆ ਪਹਿਲੀਆਂ ਨੇ। ਅੱਜ ਇੱਕ ਨਵੀਂ ਆਈਟਮ ਕੀਤੀ ਆ, ਰੱਸੀ ਲਪੇਟ ਦਿੱਤੀ ਆ ਔਰੇਂਜ ਸ਼ਿਫਟਰ ਨੂੰ, ਟਰੱਕ ਸਾਫ ਕਰਨ ਵਾਲਾ ਹੋਇਆ ਆ। ਇੰਨੀ ਮਾੜੀ ਨਹੀਂ ਲੱਗਦੀ।
ਆਪਾਂ ਲੱਗਿਆ ਤੇਲ ਪਾਉਣ, ਸਸਤਾ ਭਾਵੇਂ ਬਥੇਰਾ ਤੇਲ, ਪਰ ਇੱਕ ਵਾਰੀ ਤਾਂ ਤੇਲ ਪਾਉਣ ਲੱਗੇ ਦੁੱਖ ਲੱਗਦਾ ਯਾਰ। ਅਕਾਊਂਟ ਨੂੰ ਇੱਕ ਵਾਰੀ ਟੱਕ ਲੱਗ ਜਾਂਦਾ ਟੈਂਕ ਫੁੱਲ ਕਰਾ ਕੇ ਟਰੱਕ ਦਾ। ਹੁਣ ਤਾਂ ਥੋੜ੍ਹਾ ਤੇਲ ਸਸਤਾ ਹੋਇਆ ਤਾਂ ਕਰਕੇ 500-600 ਦਾ ਲੱਗਦਾ, ਨਹੀਂ ਤਾਂ ਪਹਿਲਾਂ ਜਦੋਂ 3+ ਸੀਗਾ ਤਾਂ ਉਦੋਂ ਤਾਂ ਚਿੰਗਾੜੇ ਪੂਰੇ ਨਿਕਲਦੇ ਸੀਗੇ, ਕਹਿ ਲਓ ਵੀ $1,000 ਨੂੰ ਸਾਰਾ ਫਿਲਅਪ ਹੁੰਦਾ ਸੀਗਾ। ਹੁਣ ਤਾਂ ਬਾਬੇ ਦੀ ਮਿਹਰ ਚੱਲਣ ਡਈ ਆ, ਨਜ਼ਾਰੇ ਵਧੀਆ ਪਏ ਆ। ਟਰੱਕ ਨੰਬਰ ਮੇਰਾ 40 ਚੱਲਦਾ ਹਾਲੇ, ਪੁਰਾਣੇ ਟਰੱਕ ਦਾ ਜਿਹੜਾ ਕੈਟ ਵਾਲਾ ਸੀਗਾ 379 ਉਹਦਾ 40 ਨੰਬਰ ਸੀਗਾ, 040 ਉਹ ਚੇਂਜ ਨਹੀਂ ਕਰਾਇਆ ਹਾਲੇ। ਇਹਦਾ ਨੰਬਰ ਹੁਣ 007 ਆ ਪਰ ਚੇਂਜ ਨਹੀਂ ਕਰਾਇਆ, ਮੈਂ ਕੱਲ੍ਹ ਹੀ ਕਰਾਉਣਾ, ਉਹ ਹੀ ਚੱਲੀ ਜਾਂਦਾ ਪੁਰਾਣਾ ਨੰਬਰ ਹੀ। ਆਹ ਹੋ ਗਿਆ ਆਥਰਾਈਜ਼, ਹੋ ਗਿਆ ਚੱਕੋ, ਹੋ ਗਿਆ। ਚੱਲ ਵੀ ਮਿੱਤਰਾ ਖੋਲ ਟੈਂਕੀ ਦਾ ਢੱਕਣ ਅਤੇ ਪਾਈਏ ਤੇਲ ਅਤੇ ਚਲੀਏ ਪਿੰਡ ਨੂੰ। ਚੱਕਦੇ ਆ ਚੱਕ, ਉਹ ਤੇਰੀ ਉਹ 2 ਬੂੰਦਾਂ ਨਿਕਲ ਗਈਆਂ, ਪਰ 2 ਬੂੰਦ ਜ਼ਿੰਦਗੀ ਨਹੀਂ, ਟੈਂਕ ਗੰਦਾ ਕਰਨਾ ਸੀਗਾ। ਚੱਲ ਪਾ ਉਹ ਤੇਰੀ ਟਰੱਕ 'ਚ ਬੱਜ ਗਈ ਯਾਰ, ਪਤਾ ਨਾ ਅੱਗੇ ਤਾਂ ਕੇਅਰਫੁਲ ਰਹਿਣਾ ਪਿਆ ਕਰਨਾ ਜਦੋਂ ਤੇਲ ਪਾਉਂਦੇ ਨਾ। ਆਹ ਮਾੜਾ ਜਿਹਾ ਬਾਡੀ 'ਚ ਬੱਜ ਗਿਆ ਨਾਜ਼ਲ, ਅਤੇ ਫਿਰ ਬਚਾ ਹੀ ਉੱਦਾਂ। ਹੁਣ ਕਰਦੇ ਹਾਂ ਆਪਾਂ ਸ਼ੀਸ਼ਾ ਸਾਫ਼ ਮਾੜਾ ਮੋਟਾ, ਉੱਦਾਂ ਤਾਂ ਕੱਲ੍ਹ ਟਰੱਕ ਤੋਂ ਆਉਣਾ ਆ, ਪਰ ਹੁਣ ਸ਼ੀਸ਼ਾ ਸਾਫ਼ ਕਰ ਲੈਂਦੇ ਮਾੜਾ ਜਿਹਾ, ਇੱਦਾਂ ਵੀ ਵਿਜੀਬਿਲਟੀ ਵਧੀਆ ਰਹਿੰਦੀ। ਕਿੱਧਰ ਡੰਡਾ ਜਿਹਾ ਰੱਖਿਆ, ਇੱਧਰ ਦੂਜੇ ਪਾਸੇ ਹੈ ਨਹੀਂ, ਆਹ ਪਿਆ ਡੰਡਾ। ਹੁਣ ਪਤਾ ਨਹੀਂ ਬਾਈ ਨੇ ਯੂਜ਼ ਕਰਨਾ ਕਿ ਨਹੀਂ ਕਰਨਾ, ਮੈਂ ਚੱਕ ਲਿਆ ਜੀ। ਹੁਣ ਬਾਈ ਨੇ ਜੇ ਯੂਜ਼ ਕਰਨਾ ਤਾਂ ਬਾਈ ਵੇਟ ਕਰੇ, ਕਹਿੰਦਾ ਨਾ ਹਾਲੇ ਹਿਸਾਬ ਜਿਹਾ ਨਹੀਂ ਹੈਗਾ ਸਹੀ ਤਰ੍ਹਾਂ ਮੈਨੂੰ। ਹੁਣ ਪਤਾ ਨਹੀਂ ਸ਼ੀਸ਼ ਕੈਮਰੇ ਦੇ ਵਿੱਚ ਦਿਸਣ ਡਿਆ ਸ਼ੀਸ਼ਾ ਕਿ ਨਹੀਂ, ਆਹ ਮੈਨੂੰ ਲੱਗਦਾ ਮਾੜਾ ਜਿਹਾ ਚੀਜ਼ ਦਾ 2 ਹੱਥ ਦਾ ਕੰਮ ਆ, 1 ਹੱਥ ਨਾਲ ਕਰਨ ਡਿਆ ਸ਼ੀਸ਼ਾ ਸਾਹਿਬ, ਇੰਨੀ ਕੁ ਤਾਂ ਹੁਣ ਮਿਹਨਤ ਕਰਨੀ ਹੀ ਪੈਣੀ ਆ। ਚਲੋ ਕੋਈ ਨਹੀਂ, ਜੇ ਨਾ ਸਾਫ਼ ਹੋਇਆ ਚੰਗੀ ਤਰ੍ਹਾਂ ਤਾਂ ਬਾਅਦ 'ਚ ਮੈਂ ਥੋੜ੍ਹਾ ਚਿਰ ਕਰ ਲੂੰਗਾ। ਵਿੰਡੋ ਵੀ ਟਿੰਟ ਕੀਤੀ ਹੈ ਪੂਰੀ ਇੱਧਰ ਸਾਈਡ ਵਾਲੀ, ਜਦੋਂ ਕਿਤੇ ਮਾਮਾ ਮੂਮਾ ਦੇਖ ਪਏ ਨਾ ਭਾਵੇਂ ਜਿੰਨੀ ਮਰਜ਼ੀ ਠੰਡ ਹੋਵੇ ਤਾਂ ਸ਼ੀਸ਼ੇ ਥੱਲੇ ਲਾਉਣੇ ਪੈ ਜਾਂਦੇ ਆ।
ਰੁਕਿਆ ਸੀਗਾ ਮੈਟਰੋ ਦੇ 75 ਨੰਬਰ ਦੇ, ਅਤੇ ਉੱਥੇ ਇੱਕ ਟਰੱਕ ਖੜ੍ਹਾ ਸੀਗਾ ਅਤੇ ਬੜਾ ਵਧੀਆ ਲੱਗਾ ਮੈਨੂੰ ਟਰੱਕ, ਪੁਰਾਣਾ ਸੀਗਾ ਕਾਫੀ, ਅਤੇ ਬੰਪਰ 'ਤੇ ਉਹਦੇ ਲਿਖਿਆ ਰੈੱਡ ਜਾਇੰਟ, ਅਤੇ ਮੈਨੂੰ ਲੱਗਾ ਸੀਗਾ ਵੀ ਜਾਇੰਟ ਟਰੱਕ ਨਾ ਐਡਾ ਵੱਡਾ ਟਰੱਕ ਉਹ, ਲਾਈਕ ਮੈਂ ਉਹਦੀਆਂ ਫੋਟੋਆਂ ਅਜੇ ਤੱਕ ਦੇਖੀਆਂ ਪਹਿਲਾਂ, ਅਤੇ ਰੀਅਲ ਲਾਈਫ 'ਚ ਮੈਂ ਪਹਿਲੀ ਵਾਰੀ ਦੇਖਿਆ ਸੀਗਾ ਅੱਜ ਉਹਨੂੰ, ਮੈਂ ਫਿਰ ਨਿੱਕਾ ਜਿਹਾ ਕਲਿੱਪ ਲਿਆ ਉਹਦਾ ਟਰੱਕ ਦਾ, ਰਿਹਾ ਨਹੀਂ ਗਿਆ ਵੀ ਇੰਨਾ ਸੋਹਣਾ ਟਰੱਕ ਲੱਗਾ ਮੈਨੂੰ ਦੇਖ ਕੇ, ਬਹੁਤ ਵਧੀਆ ਟਰੱਕ ਸੀਗਾ, ਪੁਰਾਣਾ ਸੀਗਾ ਕਾਫੀ, ਅਤੇ ਰੈੱਡ ਜਾਇੰਟ ਨਾਂ ਸੀਗਾ ਉਹਦਾ, ਐਡਾ ਤਗੜਾ ਟਰੱਕ ਉਹਨੂੰ ਇਕੱਲੇ ਘੋੜੇ ਦੇ ਵਿੱਚ ਹੀ ਡੱਬੇ, ਉਹਨਾਂ ਨੂੰ ਜਿੱਥੇ ਫਿਊਲ ਟੈਂਕ ਹੁੰਦੇ ਆਪਣੇ ਵਾਲਿਆਂ ਦੇ ਉੱਥੇ ਵੀ ਐਕਸਲ ਲਾਉਣਾ ਪਿਆ, ਸਿੰਗਲ ਟਾਇਰ ਐਕਸਲ ਸੀਗਾ, ਅਤੇ ਬਹੁਤ ਲੰਬਾ ਟਰੱਕ ਸੀ, ਬਹੁਤ ਵੱਡਾ ਟਰੱਕ। ਉਹ ਬੱਲੇ 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 ਵੀ ਆਹ ਕੀ ਜਗਾੜ ਆ, ਐਡਾ ਘੋੜਾ ਇਹਦੇ ਤਾਂ ਗੱਬੇ ਵੀ ਐਕਸਲ ਲੱਗਾ ਪਿਆ। ਟਰੱਕ ਤੀਜੀ ਵਾਰੀ ਮੈਂ ਤੋਂ ਅੱਗੇ ਲੰਘ ਗਿਆ ਅਮਰੀਲੋ ਤੋਂ ਤੁਰ ਕੇ, ਅਤੇ ਪਤਾ ਨਹੀਂ ਇਹ ਵਾਰ ਵਾਰ ਕਿਉਂ ਰੁਕਣ ਡਿਆ ਆ, ਮੈਨੂੰ ਲੱਗਦਾ ਬਾਈ ਨੂੰ ਹਰਨੀਆਂ ਦੀ ਪ੍ਰੋਬਲਮ ਆ ਇਹਨੂੰ। ਸਨਸੈਟ ਇੰਨਾ ਸੋਹਣਾ ਹੋਇਆ ਪਿਆ, ਮੈਨੂੰ ਹਿੰਦੀ ਦੀਆਂ ਦੋ ਕੁ ਲਾਈਨਾਂ ਯਾਦ ਆ ਗਈਆਂ। ਸ਼ਾਇਰ ਕਹਿੰਦਾ, ਠਹਿਰ ਕਰ ਕਵੀ ਸੂਰਜ ਦੇਖਦਾ ਨਹੀਂ, ਠਹਿਰ ਕਰ ਕਵੀ ਸੂਰਜ ਦੇਖਦਾ ਨਹੀਂ, ਤਵੀ ਤੋਂ ਸ਼ਾਮ ਸਵਰਤੀ ਹੈ ਰੋਜ਼ ਉਸਕੇ ਲਈ। ਇੰਨਾ ਕੁ ਸੋਹਣਾ ਨਜ਼ਾਰਾ ਬੱਜਿਆ ਪਿਆ ਨਾ, ਮਤਲਬ ਕਿ ਤੁਸੀਂ ਵੀ ਕੈਮਰਾ ਜਸਟਿਸ ਨਹੀਂ ਕਰ ਰਿਹਾ ਇਸ ਹਸੀਨ ਸ਼ਾਮ ਨੂੰ। ਇਹ ਰੋਜ਼ ਹੀ ਇੱਦਾਂ ਹੁੰਦੀ ਹੈ ਆਲਮੋਸਟ ਜਦੋਂ ਪੱਧਰੇ ਜਿਹੇ ਹੋਏ ਨਾ, ਕਿਉਂਕਿ ਇੱਥੇ ਅਮੈਰੀਕਾ ਦੇ ਵਿੱਚ ਪੋਲਿਊਸ਼ਨ ਘੱਟ ਆ ਅਤੇ ਸਭ ਪੱਧਰਾ ਅਤੇ ਬਹੁਤ ਸੋਹਣਾ, ਮਤਲਬ ਕਿ ਕਈ ਵਾਰ ਤਾਂ ਮਤਲਬ ਕਿ ਨਜ਼ਾਰਾ ਬੱਜਣ ਦਾ ਇੰਨਾ ਵੀ ਮੈਂ ਗਾਣੇ ਗੁਣੇ ਵੀ ਬੰਦ ਕਰ ਦਿੰਦਾ ਹੁੰਦਾ ਟਰੱਕ 'ਚ, ਸਿਰਫ ਉਹਨੇ ਦੇਖੀ ਜਾਣਾ ਵੀ ਕੀ ਹੋ ਰਿਹਾ ਮੇਰੇ। ਉਹ ਅੱਗੇ ਬੋਰਡ ਜਾਂ ਦਿਸਣ ਲੱਗ ਪਿਆ ਨਿਊ ਮੈਕਸੀਕੋ ਵਾਲਾ, ਹਰੇਕ ਸਟੇਟ ਦੇ ਵਿੱਚ ਜਿੱਦਾਂ ਸਵਾਗਤ ਕਰਦੇ ਵੈਲਕਮ ਟੂ ਨਿਊ ਮੈਕਸੀਕੋ, ਸਭ ਦਾ ਨਾਮ ਵਾਹਿਗੁਰੂ ਸੱਚਾ ਪਾਤਸ਼ਾਹ ਮਿਹਰ ਕਰੇ ਜੀ। ਮਿੱਤਰੋ ਅੱਜ ਪਹੁੰਚ ਗਏ ਹਾਂ ਦੋ ਦਿਨਾਂ ਦੀ ਕੜੀ ਤਪੱਸਿਆ ਤੋਂ ਬਾਅਦ ਕੈਲੇ ਹੋਰਨੀਆਂ 'ਚ, ਰਹਿ ਗਏ 200 ਮੀਲ ਸਾਡੇ ਪਿੰਡ ਦੇ, 3 ਕੁ ਘੰਟੇ ਲੱਗਣਗੇ ਬਿਨਾਂ ਰੁਕੇ ਜਾ ਕੇ, ਤਾਂ ਪਹੁੰਚਾਂਗੇ 3 ਘੰਟੇ ਜੇ ਕਿਤੇ ਰੋਕੇ ਟਰੱਕ ਸਟਾਪ 'ਤੇ, ਅੱਧਾ ਘੰਟਾ ਖਰਾਬ ਹੋ ਜੂਗਾ। ਸੈਟਰਡੇ ਹੈਗਾ ਅੱਜ, ਘਰ ਜਾ ਕੇ ਕੋਈ ਮੂਵੀ ਸ਼ੂਵੀ ਲਾਵਾਂਗੇ, ਦੇਖਾਂਗੇ ਅਤੇ ਨਜ਼ਾਰੇ ਲਵਾਂਗੇ ਜ਼ਿੰਦਗੀ ਦੇ। ਅੱਜ ਮੈਨੂੰ ਮੈਂ ਤੁਰਿਆ ਹੁੰਦਾ ਸੀਗਾ ਅਤੇ ਟਰੱਕ ਸਟਾਪ 'ਤੇ ਮੈਂ ਕੌਫੀ ਲੈਣ ਰੁਕਿਆ ਅਤੇ ਆਪਣੇ ਬਾਜਵਾ ਸਾਹਿਬ ਮਿਲ ਗਏ ਮੈਨੂੰ, ਬਾਜਵਾ ਸਾਹਿਬ ਨੂੰ ਕੋਈ ਕੰਮ ਸੀਗਾ ਅਤੇ ਫਿਰ ਹੀ ਨਾਲ ਦੇ ਬਾਈ ਰੁਕਿਆ ਵੀ ਤੂੰ ਚੱਲ ਲੈ ਜਾ ਕੇ ਲੋਡ ਦਾ, ਅਤੇ ਮੈਂ ਮੇਰੇ ਨਾਲ ਵੀ ਆਉਣ ਲੱਗੇ ਬਾਈ ਜੀ, ਹੁਣ ਕੰਮ ਹੈ ਕੋਈ ਪਿੰਡ, ਅਤੇ ਭਾਈ ਸਾਹਿਬ ਨੂੰ ਵੀ ਹੋ ਗਿਆ ਥੋੜ੍ਹਾ ਜਿਹਾ ਟਾਈਮ ਚਲਾਉਂਦਿਆਂ ਨੂੰ, ਅਤੇ ਭਾਈ ਤੁਸੀਂ ਦੱਸਾਂ ਵੀ ਟਰੈਕਿੰਗ ਬਾਰੇ ਚਾਨਣਾ ਪਾਓਗੇ ਸਾਡੇ ਦੋਸਤਾਂ ਨੂੰ ਵੀ, ਆਪਾਂ ਫਿਰ ਟਰੈਕਿੰਗ ਦਾ ਕੀ ਹਿਸਾਬ ਕਿਤਾਬ ਤੁਹਾਡੇ ਹਿਸਾਬ ਨਾਲ ਕੀ ਹੈਗਾ, ਕਿੰਨਾ ਟਾਈਮ ਹੋ ਗਿਆ ਤੁਹਾਨੂੰ, ਅਤੇ ਕੀ ਮਤਲਬ ਕਿ ਤੁਹਾਡਾ ਵਿਚਾਰ ਹੈ ਟਰੈਕਿੰਗ ਬਾਰੇ? ਮੇਰਾ ਤਾਂ ਇਹੀ ਵਿਚਾਰ ਹੈ ਜੀ, ਟਰੱਕ ਲੰਘ ਦੇ ਵਿੱਚ ਤਾਂ ਐਂਡ ਹੋਏ ਥੋੜ੍ਹਾ ਟਾਈਮ ਹੀ ਆਪਾਂ ਨੂੰ, ਅਤੇ ਵਿਚਾਰ ਤਾਂ ਇਹੀ ਹੈ ਵੀ ਲੈਣ ਟਰੱਕ ਲੈਣ ਜਿਹੜੀ ਹੈਗੀ ਆ ਵਧੀਆ ਆ, ਅਤੇ ਜਿਹੜੇ ਕਾਨੂੰਨ ਆ ਇਹਦੇ ਫੋਲੋ ਕਰੋ, ਬਸ ਸਭ ਤੋਂ ਬਹੁਤ ਵਧੀਆ ਲਾਈਕ ਆ ਟਰੱਕਿੰਗ। ਹਾਂਜੀ ਹਾਂਜੀ, ਅਤੇ ਇੱਕ ਜਿਹੜੇ ਆਪਣੇ ਹੁਣ ਜਿੱਦਾਂ ਰੇਸਾਂ ਰੂਸਾਂ ਲਾਉਂਦੇ ਟਰੱਕਾਂ ਦੇ ਵਿੱਚ, ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ? ਰੇਸਾਂ ਫਿਰ ਆਪਣੇ ਜਿੱਥੇ ਖੜ੍ਹੇ ਹੁੰਦੇ ਔਫੀਸਰ, ਹਾਂਜੀ ਉਹ ਫਿਰ ਦਿੰਦੇ ਆ ਆਪਾਂ ਨੂੰ ਸਭ ਕੁਛ, ਚਾਹ ਪਾਣੀ ਸਭ ਕੁਛ ਆਪਾਂ ਨੂੰ ਕਰਦੇ ਆ, ਸਨਮਾਨਿਤ ਕਰਦੇ ਆ, ਫਿਰ ਹਟ ਜਾਂਦੇ ਬੰਦੇ ਰੇਸ ਲਾਉਣ ਦੇ। ਜਦੋਂ ਇੰਸ਼ੋਰੈਂਸਾਂ ਵੱਧ ਜਾਂਦੀਆਂ, ਹਾਂ ਬੰਦੇ ਦੀ ਜਦੋਂ ਬੰਦਿਆਂ ਨੂੰ ਸਨਮਾਨਿਤ ਕਰਦੇ ਬੰਦੇ ਹਟ ਜਾਂਦੇ ਸਰੋਪੇ ਪਾ ਕੇ ਹਟਦੇ ਆ। ਹਾਂਜੀ ਸੋ ਤੁਸੀਂ ਫਿਰ ਸੁਣਿਆ ਹੁਣ ਭਾਈ ਹੋਣਾਂ ਦੀ ਜਵਾਨੀ, ਬਈ ਰੇਸਾਂ ਨਹੀਂ ਲਾਉਣੀਆਂ ਚਾਹੀਦੀਆਂ, ਆਰਾਮ ਨਾਲ ਕੰਮ ਕਰੋ,
ਇਹ ਕਮਾਈਆਂ ਕਰਨ ਆਏ ਆਪਾਂ ਟਰੱਕਾਂ ਦੇ, ਕਮਾਈਆਂ ਕਰੋ, ਸ਼ੌਂਕ ਪੂਰੇ ਕਰੋ, ਗੱਡੀ ਸ਼ਿੰਗਾਰ ਕੇ ਰੱਖੋ, ਸਾਫ਼ ਸੁਥਰੀ ਰੱਖੋ, ਪਰ ਰੋਡ ਦੇ ਨਾਲ ਮਤਲਬ ਜੇ ਕਹਿ ਲਓ ਵੀ ਆਪਾਂ ਖੇਡਾਂ ਨਾ ਖੇਡੀਏ, ਹੈ ਨਾ, ਕਿਉਂਕਿ ਹੁਣ ਟਰੱਕ ਜਿਹੜਾ ਕੋਈ ਮਾੜੀ ਮੋਟੀ ਚੀਜ਼ ਤਾਂ ਹੈ ਨਹੀਂ, ਇਹ ਆਪਣਾ 80,000 ਪਾਊਂਡ ਜਦੋਂ ਫੁੱਲੀ ਲੋਡਡ ਹੁੰਦਾ ਆ ਅਤੇ ਨਾ ਤਾਂ ਇਹ ਰੋਕਦੇ ਆ ਫਿਰ, ਅਤੇ ਨਾ ਫਿਰ ਸਾਂਭੇ ਜਾਂਦੇ ਜੇ ਕਿਤੇ ਆਊਟ ਆਫ ਕੰਟਰੋਲ ਹੋ ਜਾਣ। ਇਸ ਕਰਕੇ ਆਪਾਂ ਜੇ ਟੌਰ ਬਣਾਉਣੀ ਆ, ਟੌਰ ਹੋਵੇ, ਟਰੱਕ ਸਾਫ਼ ਸੁਥਰਾ ਹੋਵੇ, ਅੰਦਰੋਂ ਬਾਹਰੋਂ ਸਮੈਲਾਂ ਖੁਸ਼ਬੂਆਂ ਆਉਂਦੀਆਂ ਹੋਣ ਸਲੀਪਰਾਂ 'ਚ, ਜਿੱਦਾਂ ਰੰਡਿਆਲੇ ਵਾਲਾ ਬਾਈ ਕਹਿੰਦਾ ਫੁੱਲਾਂ ਵਾਂਗੂ, ਮੈਂ ਕਹਿੰਦੇ ਸਲੀਪਰ ਟਰੱਕਾਂ ਦੇ। ਬਾਕੀ ਕੜਾ ਦੜੂ ਕੇ ਹੁਣ ਸਾਰਿਆਂ ਮੁੰਡਿਆਂ ਦੇ ਟਰੱਕ ਭੱਜਦੇ ਆ, ਪੂਰੇ ਖੋਲ੍ਹੇ ਪਏ ਆ ਮੁੰਡਿਆਂ ਨੇ ਟਰੱਕ ਸਾਰਿਆਂ ਨੇ ਆਲਮੋਸਟ, ਅਤੇ ਜੇ ਹੁਣ ਕਿਸੇ ਦਾ ਇੰਜਣ ਵੀ ਵੱਡਾ ਆ ਉਹ ਵੀ ਮਤਲਬ ਨਹੀਂ, ਜੇ ਦੂਜਾ ਬੰਦਾ ਲੋਡ ਹਲਕਾ ਲੈ ਕੇ ਤੁਰਿਆ ਆ, ਹੈ ਨਾ, ਇਹ ਤਾਂ ਬਸ ਆਪਣੇ ਮਨ ਦੀ ਤਸੱਲੀ ਆ ਵੀ ਇੰਜਣ ਵੱਡਾ ਆ ਕਿ ਛੋਟਾ ਆ। ਅੱਜ ਨਜ਼ਾਰੇ ਲਓ ਜ਼ਿੰਦਗੀ ਦੇ, ਬਸ ਖੇਡਾਂ ਨਾ ਖੇਡੋ। ਮੈਂ ਤਾਂ ਅੱਗੇ ਖੇਡ ਖੂਡ ਲੈਂਦਾ ਹੁੰਦਾ ਸੀ ਮਾੜੀ ਜਿਹੀ, ਹੁਣ ਪਰ ਨਹੀਂ ਕਰੀ ਦੇ ਤਰ੍ਹਾਂ ਕੰਮ, ਹੁਣ ਤਾਂ ਪਿਆਰ ਨਾਲ ਤੁਰੇ ਰਹੀਦਾ ਬਸ, ਕਮਾਈਆਂ ਕਰੀਦੀਆਂ ਆ, ਬਾਕੀ ਜ਼ਿੰਦਗੀ ਵਧੀਆ ਨਾ ਕਰੀ ਆ। ਹੋਰ ਤੁਸੀਂ ਸੁਣਾਓ ਭਾਅ ਜੀ, ਫਿਰ ਜਦੋਂ ਤਿਆਰ ਹੁੰਦੇ ਤੁਸੀਂ ਐਵਰੀ ਡੇ ਪਕਵਾਨੇ ਹੋ? ਜੀ, ਐਵਰੀ ਡੇ ਬੰਦੀ ਬੰਦ, ਤੁਹਾਨੂੰ ਪਤਾ ਬੰਦੀ ਪੈਂਦੀ ਆ। ਕਿੰਨਾ ਟਾਈਮ ਲੱਗਦਾ ਭਾਅ ਜੀ ਪਕਵਾਨਾਂ ਨੂੰ ਕੋਈ ਟਰੱਕ 'ਤੇ? ਇੰਨੀ ਜ਼ਿਆਦਾ ਟਾਈਮ ਨਹੀਂ ਲੱਗਦਾ। ਅੱਛਾ ਜੀ, ਫਿਰ ਪੂਣੀ ਫਿਰ ਪੂਣੀ ਕਰ ਲਈ ਦੀ ਆਪ ਹੀ। ਅੱਛਾ ਜੀ, ਹੋਰ ਟਰੱਕ ਦੇ ਵਿੱਚ ਬਹਿ ਕੇ ਬੰਨਦੇ ਕਿ ਜਿੱਦਾਂ ਬਾਥਰੂਮ ਵਗੈਰਾ ਜਾ ਕੇ? ਟਰੱਕ ਦੇ ਵਿੱਚ ਟਰੱਕ ਦੇ ਵਿੱਚ ਬਹਿ ਕੇ ਬੰਨ। ਠੀਕ ਹੈ ਠੀਕ ਹੈ, ਅਤੇ ਮੈਂ ਤਾਂ ਭਾਅ ਜੀ ਕਈ ਵਾਰੀ ਨਾ ਪਿੱਛੇ ਤੋਂ ਮਾੜਾ ਪਾਣੀ ਲੈ ਕੇ ਤੁਰ ਪੈਂਦਾ, ਕਾਲੀ ਹੋਵੇ ਨਾ, ਮੈਂ ਕਿਹਾ ਸੋਚਦਾ ਹੁੰਦਾ ਵੀ ਯਾਰ ਬੜੇ ਧਨ ਨੇ ਜਿਹੜੇ ਪੱਗਾਂ ਬੰਨ ਕੇ ਟਰੱਕ ਚਲਾਉਂਦੇ ਨੇ, ਫਿਰ ਵੀ ਕਿਉਂਕਿ ਤੁਹਾਨੂੰ ਪਤਾ ਹੀ ਆ ਕਈ ਵਾਰੀ ਟਾਈਮ ਨਹੀਂ ਲੱਗਦਾ। ਸਲੂਟ ਆ ਭਾਅ ਜੀ ਤੁਹਾਨੂੰ ਵੀ, ਤੁਸੀਂ ਵੀ ਇੰਨੀ ਸੋਹਣੀ ਪੱਗ ਬੰਨ ਕੇ ਟਰੱਕ ਚਲਾਉਂਦੇ ਆ, ਵਧੀਆ ਲੱਗਦਾ ਯਾਰ ਜਦੋਂ ਕੋਈ ਬੰਦਾ ਬੈਠਾ ਹੁੰਦਾ ਨਾ ਪੱਗ ਬੰਨ ਕੇ, ਉਹ ਬੰਦੇ ਲਈ ਵੱਖਰੀ ਮਨ ਚੋਣ ਮਤਲਬ ਕਿ ਇੱਜ਼ਤ ਹੀ ਪੈਦਾ ਹੁੰਦੀ ਆ ਵੀ ਭਾਈ ਨੇ ਸਰਦਾਰੀ ਸਾਂਭੀ ਪਈ ਹੈ। ਬਿਜ਼ੀ ਜਿਹਾ ਰਿਹਾ, ਮੀਂਹ ਮੂੰਹ ਜਿਹਾ ਬਹੁਤ ਪੈਂਦਾ ਰਿਹਾ ਤਾਂ ਕਰਕੇ ਨਾ, ਮੈਂ ਕਿਹਾ ਚਲੋ
ਅੱਛਾ ਜੀ ਗੱਡੀ ਦੇ ਉੱਤੇ ਜੀ ਉੱਤੇ ਇੱਕ ਦਿਨ ਪੂਰਾ ਫਸੇ ਨੇ ਅੱਛਾ ਜੀ ਆ ਬੰਦ ਕਰਤਾ ਹੈ ਨਾ ਫਰੀ ਵੇ ਆਪਣਾ ਪਤਾ ਨਹੀਂ ਕਿਹੜੀ ਕੰਪਨੀ ਦਾ ਕੰਮ ਦਿੱਤੇ ਸੀ ਬੰਦੇ ਦਾ ਜੀ ਪੰਜਾਬੀ ਵੀ ਹੁੰਦਾ ਸੀਗਾ ਕਿਸੇ ਦਾ ਟਰੱਕ ਅੱਛਾ ਜੀ ਉਹਦੇ ਕਰਕੇ ਉਹ ਫਸ ਗਿਆ ਸੀਗਾ ਉਹ ਫਿਰ ਜਾਮ ਜਾਮ ਅੱਛਾ ਕੋਟੀ ਤੇ ਫਸ ਗਿਆ ਤੇਰਾ ਹਾਂ ਜੀ ਅੱਛਾ ਅਤੇ ਐਰੀਜ਼ੋਨਾ ਜੀ ਕਿਤੇ ਕੈਲੀਫੋਰਨੀਆ ਹਾਂ ਐਰੀਜ਼ੋਨਾ ਜੀ ਐਰੀਜ਼ੋਨਾ ਠੀਕ ਹੈ ਜੀ ਚਲੋ ਚੰਗਾ ਜੀ ਮਿੱਤਰੋ ਫਿਰ ਸਾਡੇ ਵੱਲੋਂ ਅੱਜ ਦੀ ਵੀਡੀਓ ਇੱਥੇ ਸਤਿ ਸ਼੍ਰੀ ਅਕਾਲ ਅਤੇ ਅਗਲੇ ਜਿਹੜੇ ਹੁਣ ਦੁਬਾਰਾ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਹਾਂ ਮੈਨੂੰ ਲੱਗਦਾ ਭਾਈ ਕੋਈ ਆਪਾਂ ਨੂੰ ਦੇਣੇ ਚਾਹੁੰਦਾ ਆ ਕੋਈ ਪਲੈਨ ਦੇਣਾ ਚਾਹੁੰਦਾ ਵੀ ਸਾਡਾ ਟੀ ਵੀ ਵਾਲਾ ਪਲੈਨ ਲੈ ਲਓ ਜੇ ਕਿਸੇ ਨੂੰ ਟੀ ਵੀ ਦਾ ਪਲੈਨ ਚਾਹੀਦਾ ਆਹ ਨੰਬਰ ਹੈਗਾ ਇਸ ਨੰਬਰ 'ਤੇ ਕਾਲ ਕਰਕੇ ਪਲੈਨ ਪਲੂਨ ਲੈ ਸਕਦੇ ਤੁਸੀਂ ਆਪਾਂ ਤਾਂ ਨਹੀਂ ਲੈਣਾ ਚਲੋ ਚੰਗਾ ਜੀ ਫਿਰ ਸਤਿ ਸ਼੍ਰੀ ਅਕਾਲ ਜੇ ਵੀਡੀਓ ਚੰਗੀ ਲੱਗੀ ਤਾਂ ਕਰਿਓ ਸਬਸਕ੍ਰਾਈਬ ਜੇ ਨਹੀਂ ਚੰਗੀ ਲੱਗੀ ਤਾਂ ਦੱਸ ਦਿਓ ਵੀ ਕਿਹੜੀ ਕਿਹੜੀ ਆਪਣੀ ਗਲਤੀ ਆ ਅਤੇ ਬਾਕੀ ਜੇ ਤੁਹਾਨੂੰ ਕੋਈ ਹੋਰ ਇਨਫੋਰਮੇਸ਼ਨ ਚਾਹੀਦੀ ਆ ਜਾਂ ਕੋਈ ਹੋਰ ਤੁਸੀਂ ਚੀਜ਼ ਦੇਖਣੀ ਚਾਹੁੰਦੇ ਆ ਉਹ ਵੀ ਸਾਨੂੰ ਜ਼ਰੂਰ ਦੱਸਿਓ ਮੈਨੂੰ ਈਮੇਲ ਅਤੇ ਮਿਲਦੇ ਹਾਂ ਜੀ ਅਗਲੀ ਵੀਡੀਓ 'ਚ ਤਦ ਤੱਕ ਲਈ ਰੱਬ ਰਾਖਾ ਅਤੇ ਸਤਿ ਸ਼੍ਰੀ ਅਕਾਲ ਅਤੇ ਕੀ ਬਣ ਰਾਖੇ